ਸਭ ਤੋਂ ਪਹਿਲਾਂ ਅੱਜ ਮੈਂ ਦੋ ਗੱਲਾਂ ਲਈ ਸਾਰੇ ਆਪਣੇ ਲੁਧਿਆਣੇ ਵਾਸੀਆਂ ਨੂੰ ਅਤੇ ਨਾਲ ਹੀ ਮੁੱਲਾਂਪੁਰ ਦਾਖਾ ਜਿਹੜਾ ਸਾਡਾ ਉਹਨਾਂ ਨੂੰ ਮੁਬਾਰਕਬਾਦ ਦੇਣੀਆਂ ਸੀ। ਇੱਕ ਪ੍ਰੋਗਰਾਮ ਕਿਉਂਕਿ ਕੁਛ ਦਿਨ ਪਹਿਲਾਂ ਹੋ ਗਿਆ ਸੀ, ਅੱਜ ਮੈਂ ਜਿੱਥੇ ਸਾਰਾ ਦਾਖਾ ਮੁੱਲਾਂਪੁਰ ਸ਼ਹਿਰ ਉਹਨਾਂ ਦੇ ਵਾਸੀਆਂ ਨੂੰ ਅਤੇ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਸੰਦੀਪ ਸਿੰਘ ਸੰਧੂ ਜਿਹੜੇ ਜਨਰਲ ਸੈਕਟਰੀ ਨੇ, ਦਾਖੇ ਦੇ ਹਲਕਾ ਇੰਚਾਰਜ, ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਜਿੰਨਾ ਵੀ ਕਹਿ ਲਓ ਉਨਾ ਘੱਟ ਆ, ਬੇਸ਼ੱਕ ਨਤੀਜਾ ਕੋਈ ਵੀ ਆਇਆ ਹੋਵੇ ਬਾਈ 'ਚ, ਪਰ ਅੱਜ ਉਹ ਦੁਬਾਰਾ ਗੱਲਾਂ ਹੁੰਦੀਆਂ ਅਤੇ ਸਾਡੇ ਸ਼ਹਿਰ ਦੇ ਪ੍ਰਧਾਨ ਤੇਲੂ ਰਾਮ ਜੀ, ਸਾਡੇ ਵਾਈਸ ਪ੍ਰਧਾਨ ਸਾਹਿਬ, ਸਾਡੇ 13 ਦੇ 13 ਜਿਹੜੇ ਕੌਂਸਲਰ ਸਾਹਿਬਾਨ ਅਤੇ ਸਾਰੀ ਬਾਕੀ ਟੀਮ, ਕਿਉਂਕਿ ਸਾਰੇ ਦੇਸ਼ ਦੇ ਵਿੱਚੋਂ ਮੁੱਲਾਂਪੁਰ ਦਾਖੇ ਨੂੰ ਸਭ ਤੋਂ ਸਾਫ, ਸਭ ਤੋਂ ਵਧੀਆ ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ ਵਿੱਚੋਂ ਇਹਨੂੰ ਅਵਾਰਡ ਮਿਲਿਆ। ਅਵਾਰਡ ਸੈਰਾਮਨੀ ਦਿੱਲੀ 'ਚ ਹੋਈ, ਉੱਥੇ ਜਦੋਂ ਵੀ 17 ਤੋਂ 22 ਤੱਕ ਇਹ ਐਵੇਂ ਨਹੀਂ ਹੋ ਗਿਆ, ਲਗਾਤਾਰ ਅਸੀਂ ਆਫਿਸਰ ਸਾਹਿਬਾਨਾਂ ਦੇ ਮਗਰ ਚੰਡੀਗੜ੍ਹ ਤੋਂ ਪੈਸਾ ਤਕਰੀਬਨ 45 ਕਰੋੜ ਉੱਤੇ ਹੋ ਸਕਦਾ, 45 ਕਰੋੜ ਰੁਪਈਆ ਮੁੱਲਾਂਪੁਰ ਦਾਖੇ ਸ਼ਹਿਰ 'ਚ ਖਰਚ ਹੋਇਆ, ਇਕੱਲਾ 45 ਕਰੋੜ ਰੁਪਈਆ। ਅਤੇ ਅੱਜ ਇਸੇ ਕਰਕੇ ਉਹਨੂੰ ਅਵਾਰਡ ਮਿਲਿਆ ਵੀ ਹਰ ਸਹੂਲਤ, ਗਲੀਆਂ ਨਾਲੀਆਂ, ਸੜਕਾਂ, ਉਦੋਂ ਬਾਅਦ ਬਿਜਲੀ ਦੀਆਂ ਲਾਈਨਾਂ, ਇੱਧਰ ਸਾਰੀਆਂ ਦਿੱਲੀ ਤੋਂ ਉਹ ਪੈਸਾ ਆਇਆ ਸੀ 50 ਕਰੋੜ ਰੁਪਏ 'ਚ, ਉਹ ਸਾਰਾ ਕੁਛ ਬਦਲਿਆ ਗਿਆ। ਅਤੇ ਇਕੱਲਾ ਇਹ ਨਹੀਂ, 42 ਕਰੋੜ ਤੋਂ ਬਾਅਦ ਅੱਜ ਉਸ ਵੇਲੇ ਦਾ, ਸੰਦੀਪ ਸੰਧੂ ਜੀ ਦੇ ਵੇਲੇ ਦਾ 9 ਕਰੋੜ ਰੁਪਈਆ ਅੱਜ ਵੀ ਮੁੱਲਾਂਪੁਰ ਦਾਖੇ ਦੀ ਕਮੇਟੀ ਦੇ ਕੋਲ ਪੈਸਾ ਪਿਆ, 9 ਕਰੋੜ ਰੁਪਈਆ, ਜਿਹੜਾ ਕਿ ਅਸੀਂ ਲਗਾਤਾਰ ਆਫਿਸਰਾਂ ਨੂੰ ਮਿਲ ਥੱਕ ਗਏ ਵੀ ਉਹ 9 ਕਰੋੜ ਜਿਹੜਾ ਸ਼ਹਿਰ ਦਾ ਭਾਈ ਉਹਨੂੰ ਖਰਚ ਦਿਓ। ਤੁਹਾਡੇ ਕੋਲ ਤਾਂ 25 ਨਹੀਂ ਲਿਆ ਹੋ ਰਹੀ, ਪਰ ਅਸੀਂ ਤਾਂ ਉਸ ਦਾ 9 ਕਰੋੜ ਰੁਪਈਆ ਜਿਹੜਾ ਉਸ ਵੇਲੇ ਦਾ ਬਚਦਾ ਹੈ ਅਤੇ ਉਹ ਉਸੇ ਤਰੀਕੇ ਨਾਲ ਪਿਆ ਹੈ। ਪਰ ਅੱਜ ਮੈਂ ਸਿਰਫ ਸਾਰੇ ਸ਼ਹਿਰ ਵਾਸੀਆਂ ਨੂੰ, ਸੰਦੀਪ ਸੰਧੂ ਜੀ, ਉਹਨਾਂ ਦੀ ਟੀਮ, ਉਹਨਾਂ ਨੂੰ ਬਹੁਤ ਬਹੁਤ ਵਧਾਈ, ਮੁਬਾਰਕਬਾਦ ਦਿੰਦਾ। ਅਤੇ ਮੈਂ ਇਹ ਵੀ ਚਾਹੂੰਗਾ, ਬੇਨਤੀ ਕਰੂੰਗਾ ਵੀ ਅਸੀਂ ਸੰਦੀਪ ਸੰਧੂ ਜੀ ਨੂੰ ਅਤੇ ਸਾਰੇ ਤੇਲੂ ਰਾਮ ਜੀ, ਸਾਰੇ ਕੌਂਸਲਰਾਂ ਨੂੰ ਇਸ ਗੱਲ ਦੀ ਵਧਾਈ ਦੇ ਨਾਲ ਉਹਨਾਂ ਨੂੰ ਸਨਮਾਨਿਤ ਕਰੀਏ। ਦੂਜੀ ਗੱਲ ਇੱਕ ਹੋਰ ਜਿਹੜੀ ਸਭ ਤੋਂ ਵੱਡੀ, ਅੱਜ ਇਸ ਵੇਲੇ ਪ੍ਰੋਗਰਾਮ ਆ ਜਿਹੜਾ ਉਹ ਸਮਾਰਟ ਸਿਟੀ ਦਾ ਦਿੱਲੀ ਦੇ ਵਿੱਚ ਚੱਲ ਰਿਹਾ, ਅਤੇ ਜਿਹੜੀ ਅਸੀਂ ਆ, ਮੈਂ ਪਿਕਚਰ ਵੀ ਦਿਖਾਉਣਾ, ਇਹ ਇਸ ਵੇਲੇ ਪ੍ਰੋਗਰਾਮ ਜਿਹੜਾ ਉੱਥੇ ਚੱਲ ਰਿਹਾ, ਤਾਂ ਫੋਟੋਜ਼ ਆਈਆਂ ਏ। ਅਤੇ ਪਿਛਲੀ ਵਾਰ ਵੀ ਇਸੇ ਤਰੀਕੇ ਨਾਲ ਕਮਿਸ਼ਨਰ ਕਾਰਪੋਰੇਸ਼ਨ ਦੇ ਉੱਥੇ ਅਵਾਰਡ ਲੈਣ ਗਏ ਸੀ। ਇਹਦੇ ਵਿੱਚ ਕੀ ਆ ਵੀ ਸਭ ਤੋਂ ਜਿਹੜਾ ਲੇਅਰ ਵੈਲੀ ਆ, ਲੇਅਰ ਵੈਲੀ ਦੇ ਸਮਾਰਟ ਸਿਟੀ ਦੇ ਵਿੱਚ ਬੈਸਟ ਰੈਕਟਰੋਫਿਟ ਗ੍ਰੀਨ ਸਪੇਸ
ਦਾ ਅਵਾਰਡ ਆ ਜਿਹੜਾ ਜਿਹੜੀਆਂ ਜਗ੍ਹਾ ਏ ਉਹਦੇ ਜਿਹੜਾ ਬੈਸਟ ਅਵਾਰਡ ਆ ਉਹ ਸਾਨੂੰ ਮਿਲਿਆ ਜਿਹਦੇ ਵਿੱਚ ਉਹਦੇ ਵਿੱਚ ਕੀ ਉਹ ਕਾਊਂਟ ਕਰਦੇ ਆ ਉਹਦੇ ਵਿੱਚ ਉਹ ਦੇਖਦੇ ਆ ਵੀ ਸਭ ਤੋਂ ਵਧੀਆ ਉੱਥੇ ਲੈਂਡਸਕੇਪਿੰਗ ਜਿਹੜੀ ਹੋਈ ਆ ਉਹਦੇ ਵਿੱਚ ਉਹ ਦੇਖਦੇ ਆ ਬਿਊਟੀਫਿਕੇਸ਼ਨ ਦੇਖਦੇ ਆ ਵਾਟਰ ਫਰੰਟ ਡਿਵੈਲਪਮੈਂਟ ਦੇਖਦੇ ਆ ਅਤੇ ਅੱਜ ਸਿੱਧਵਾਂ ਕਨਾਲ 'ਤੇ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਜ਼ੋਨ ਡੀ ਦੇ ਵਿੱਚ ਜਿਹੜਾ ਉਹਦੇ ਸਾਹਮਣੇ ਪਾਰਕ ਬਣਿਆ ਲੇਅਰ ਵੈਲੀ ਬਣੀ ਆ ਉਹਨੂੰ ਅੱਜ ਫੇਰ ਅਵਾਰਡ ਆ ਜਿਹੜਾ ਮਿਲਿਆ ਬੜੀ ਖੁਸ਼ੀ ਹੁੰਦੀ ਆ ਵੀ ਇਹ ਕੰਮ ਅਸੀਂ ਆਪਣੀ ਸਰਕਾਰ ਵੇਲੇ 22 ਤੱਕ ਇਹ ਸਾਰਾ ਕੁਝ ਕੰਪਲੀਟ ਕਰਕੇ ਗਏ ਸੀ ਉਹਨਾਂ ਨੂੰ ਵੀ ਅੱਜ ਵੀ ਉਹੀ ਸਮਾਰਟ ਸਿਟੀ 'ਚ ਉਹਨਾਂ ਨੂੰ ਅਵਾਰਡ ਮਿਲ ਰਹੇ ਆ ਜਿਹੜਾ ਕੀਤਾ ਹੋਇਆ ਕੰਮ ਸੀ ਕਿਉਂਕਿ ਹੁਣ ਕੰਪੈਰੀਜ਼ਨ ਹੁੰਦਾ ਹੈ ਵੀ ਇੱਥੇ ਇਸ ਏਰੀਏ 'ਚ ਭਾਰਤ ਭੂਸ਼ਣ ਆਸ਼ੂ ਜੀ ਜਿਹੜੇ ਸਾਡੇ ਇੱਥੇ ਦੇ MLA ਕੈਬਨਿਟ ਮੰਤਰੀ ਰਹੇ ਅਤੇ ਉਹਨਾਂ ਦੀ ਸਾਰੀ ਟੀਮ ਇਸ ਸ਼ਿੱਦਤ ਨਾਲ ਇਸ ਤਨ ਦਿਲ ਨਾਲ ਕੰਮ ਤਨ ਦੇਹੀ ਨਾਲ ਕੰਮ ਕੀਤਾ ਵੀ ਅੱਜ ਵੀ ਅਵਾਰਡ ਨੇ ਜਿਹੜੇ ਸਮਾਰਟ ਸਿਟੀ ਦੇ ਉਹ ਉਹਨਾਂ ਨੂੰ ਮਿਲ ਰਹੇ ਨੇ ਅਤੇ ਅੱਜ ਇਸ ਲਈ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਜਿਹੜਾ ਕਿ ਬੈਸਟ ਲੈਂਡਸਕੇਪਿੰਗ ਬੈਸਟ ਬਿਊਟੀਫਿਕੇਸ਼ਨ ਬੈਸਟ ਵਾਟਰ ਫਰੰਟ ਜਿਹੜਾ ਸਿੱਧਵਾਂ ਕਨਾਲ 'ਤੇ ਬਣਿਆ ਹੈ ਉਹਨੂੰ ਇਹ ਆ ਮਿਹਨਤ ਇਹ ਆ ਚੀਜ਼ਾਂ ਕੀਤੀਆਂ ਜਿਹੜੀਆਂ ਸ਼ਹਿਰ ਲਈ ਹਮੇਸ਼ਾ ਜਿਹੜੀਆਂ ਨੀਂਹ ਫਾਊਂਡੇਸ਼ਨ ਜਿਹੜੇ ਆ ਉਹ ਰੱਖੀਆਂ ਹੋਈਆਂ ਉਹ ਮਜ਼ਬੂਤ ਨੇ ਇਹ ਹੁੰਦੀਆਂ ਗੱਲਾਂ ਪਰ ਅੱਜ ਦੀ ਜਿਹੜੀ ਸਰਕਾਰ ਲਾ ਲਓ ਅੱਜ ਦੀ ਜਿਹੜੀ ਕਾਰਪੋਰੇਸ਼ਨ ਬਣਾਈ ਉਹ ਨਹੀਂ ਇੱਕ ਸਾਲ ਤੋਂ ਉੱਤੇ ਨਿੰਘਿਆ ਟਾਈਮ ਕੌਣ ਕੰਮ ਕਰੂਗਾ ਸ਼ਹਿਰ ਦਾ ਕੌਣ ਇਹ ਚੀਜ਼ਾਂ ਬਣਾਊਗਾ ਜਦੋਂ 95 ਦੇ 95 ਕੌਂਸਲਰ ਨਿਰਧਾਰਿਤ ਨੇ ਉਹਨਾਂ ਦੀਆਂ ਮੋਹਰਾਂ ਖੋ ਕੇ ਸਾਰੀਆਂ ਜਿਹੜੀਆਂ ਉਹ ਰੱਖ ਲਈਆਂ ਗਲੀਆਂ ਮੁਹੱਲਿਆਂ 'ਚ ਕੋਈ ਕਿਸੇ ਦਾ ਕੰਮ ਨਹੀਂ ਹੋ ਰਿਹਾ ਚਲੋ ਉਹ ਗੱਲਾਂ ਬਾਅਦ 'ਚ ਕਰਾਂਗੇ ਪਰ ਅੱਜ ਦੋਨੋਂ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਅਤੇ ਮੁੱਲਾਂਪੁਰ ਦਾਖੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਵਧਾਈ ਬਹੁਤ ਵੱਡੀ ਮਿਹਨਤ ਨਾਲ ਇਹ ਮਾਰ ਕੇ ਮਾਰੇ ਜਾਂਦੇ ਆ ਧੰਨਵਾਦ ਜੈ ਹਿੰਦ।